ਕਿਸਾਨਾਂ ਦਾ ਵੱਡਾ ਕਾਫਲਾ ਦਿੱਲੀ ਵੱਲ ਕੂਚ ਕਰ ਰਿਹਾ ਵਾ। ਇਸ ਵਕਤ ਕਿਸਾਨ ਜਿਹੜੇ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦਾਣਾ ਮੰਡੀ ਦੇ ਵਿੱਚ ਪਹੁੰਚ ਚੁੱਕੇ ਨੇ, ਤਾਂ ਵੱਖ ਵੱਖ ਜਥੇਬੰਦੀਆਂ ਵੱਲੋਂ ਉਹਨਾਂ ਦੇ ਲਈ ਖਾਸ ਇੰਤਜ਼ਾਮ ਵੀ ਕੀਤੇ ਗਏ ਨੇ। ਤਾਂ ਇਹ ਸਵੇਰ ਦੀ ਤਸਵੀਰ ਆ, 13 ਤਰੀਕ ਹੈਗੀ ਆ ਜਿੱਦ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਵਾ। ਤਾਂ ਕਿਸਾਨ ਇਸ ਵਕਤ ਸ਼੍ਰੀ ਫਤਿਹਗੜ੍ਹ ਸਾਹਿਬ ਦਾਣਾ ਮੰਡੀ ਦੇ ਵਿੱਚ ਮੌਜੂਦ ਹੈਗੇ ਨੇ, ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਤਾਂ ਇੱਥੇ ਲੰਗਰ ਜਿਹੜਾ ਵਾ ਉਹ ਦਿੱਤਾ ਜਾ ਰਿਹਾ ਵਾ, ਸਾਗ ਰੋਟੀਆਂ ਨਾਲ ਬਿਸਕੁਟ ਚਾਹ ਦਾ ਬੰਦੋਬਸਤ ਜਿਹੜਾ ਵਾ ਇੱਥੇ ਆੜਤੀ ਐਸੋਸੀਏਸ਼ਨ ਵੱਲੋਂ ਕੀਤਾ ਗਿਆ। ਸੋ ਪੂਰੀ ਗੱਲਬਾਤ ਕਰਾਂਗੇ, ਕਿਸ ਤਰ੍ਹਾਂ ਦੀ ਤਿਆਰੀ ਕਰਕੇ ਆਏ ਨੇ ਕਿਸਾਨ ਅਤੇ ਆੜਤੀਆਂ ਨੇ ਵੀ ਅੱਗੇ ਕੀ ਤਿਆਰੀ ਕੀਤੀ ਆ। ਬਾਈ ਜੀ, ਕਿਸਾਨ ਇੱਥੇ ਪਹੁੰਚ ਗਏ ਨੇ, ਕਦੋਂ ਤੁਹਾਨੂੰ ਪਤਾ ਲੱਗਿਆ ਸੀ ਇੱਥੇ ਕਿਸਾਨ ਆ ਰਹੇ? ਤਾਂ ਰਾਤ ਵੀ ਤੁਸੀਂ ਇੱਥੇ ਲੰਗਰ ਲੈ ਕੇ ਆਏ ਸੀ, ਤਾਂ ਅੱਜ ਸਵੇਰ ਦਾ ਹੀ ਇੰਤਜ਼ਾਮ ਜਿਹੜਾ ਤੁਸੀਂ ਕੀਤਾ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਰਾਤ ਹੀ ਸਾਨੂੰ ਇਸ ਦਾ ਪਤਾ ਲੱਗਿਆ ਵੀ ਜਿਹੜੀਆਂ ਟਰਾਲੀਆਂ ਨੇ ਕਿਸਾਨੀ ਸੰਘਰਸ਼ ਦੇ ਵਿੱਚ ਦਿੱਲੀ ਜਾ ਰਹੀਆਂ ਨੇ, ਉਹ ਇੱਥੇ ਦਾਣਾ ਮੰਡੀ ਫਤਿਹਗੜ੍ਹ ਸਾਹਿਬ ਵਿਖੇ ਰੁਕ ਰਹੀਆਂ ਨੇ। ਉਦੋਂ ਤੋਂ ਇਹੀ ਸਾਡੀ ਆੜ੍ਹਤੀ ਐਸੋਸੀਏਸ਼ਨ, ਕੋਆਪਰੇਟਿਵ ਇੰਪਲਾਈਜ਼ ਯੂਨੀਅਨ ਅਤੇ ਰੜੇ ਵਾਲੇ ਸੰਤਾਂ ਦੇ ਅਤੇ SGPC ਵੱਲੋਂ ਜਿਹੜਾ ਲੰਗਰ ਇੱਥੇ ਪ੍ਰਬੰਧ ਕੀਤਾ ਗਿਆ, ਅਤੇ ਰਾਤੀ ਵੀ ਚਾਹ, ਦਾਲ, ਰੋਟੀ, ਪ੍ਰਸ਼ਾਦਾ, ਅਤੇ ਅੱਜ ਸਵੇਰੇ 4 ਵਜੇ ਤੋਂ ਚਾਹ, ਬਿਸਕੁਟ, ਬ੍ਰੈਡ, ਪਕੌੜੇ ਅਤੇ ਸਾਗ ਅਚਾਰ ਨਾਲ ਪ੍ਰਸ਼ਾਦਿਆਂ ਦਾ ਜਿਹੜਾ ਪ੍ਰਬੰਧ ਉਹ ਕੀਤਾ ਗਿਆ। ਸਾਰੀ ਸੰਗਤ ਨੂੰ, ਜਿੰਨੇ ਵੀ ਕਿਸਾਨ ਆਏ ਨੇ, ਉਹਨਾਂ ਨੂੰ ਸਾਰਿਆਂ ਨੂੰ ਪ੍ਰਸ਼ਾਦਾ ਛਕਾਇਆ ਗਿਆ, ਅਤੇ ਨਾਲ ਟਰਾਲੀਆਂ ਵਾਸਤੇ ਵੀ ਦਿੱਤਾ ਗਿਆ ਵੀ ਜੇਕਰ ਲੋੜ ਪਵੇ ਤਾਂ, ਜੇਕਰ ਲੋੜ ਪਈ ਤਾਂ ਜਿੱਥੇ ਵੀ ਸਾਡੇ ਕਿਸਾਨ ਜਿਹੜੇ ਸਾਥੀ ਨੂੰ ਰੁਕਣਗੇ ਉੱਥੇ ਵੀ ਅਸੀਂ ਪ੍ਰਸ਼ਾਦਾ ਤੇ ਲੈ ਕੇ ਪਹੁੰਚਾਂਗੇ। ਕਿੰਨੇ ਸਾਥੀ ਜਿਹੜੇ ਤੁਹਾਡੀ ਐਸੋਸੀਏਸ਼ਨ ਵੱਲੋਂ ਜਿਹੜੇ ਪ੍ਰਸ਼ਾਦਾ ਤਿਆਰ ਕਰਾ ਰਹੇ ਨੇ, ਲੰਗਰ ਪੂਰਾ ਬੰਦੋਬਸਤ ਕਰ? ਪੂਰੀ ਫਤਿਹਗੜ੍ਹ ਸਾਹਿਬ ਦੀ ਜਿੰਨੀਆਂ ਵੀ ਐਸੋਸੀਏਸ਼ਨਾਂ ਨੇ, ਜਿੰਨੀਆਂ ਯੂਨਿਟੀਆਂ ਨੇ, ਉਹ ਸਾਰੀਆਂ ਲੱਗੀਆਂ ਵੀਆਂ ਨੇ। ਇਹ ਸਾਡੇ ਭੁਪਿੰਦਰ ਸਿੰਘ ਜੀ ਨੇ ਜੋ ਆੜ੍ਹਤੀ ਐਸੋਸੀਏਸ਼ਨ ਦੇ ਐਕਸ ਪ੍ਰੈਜ਼ੀਡੈਂਟ ਨੇ, ਅਤੇ ਮੈਂ ਬਹਾਦਰ ਸਿੰਘ ਜੱਲਾ ਜੋ ਸਾਡੀ ਕੋਆਪਰੇਟਿਵ ਇੰਪਲਾਈਜ਼ ਯੂਨੀਅਨ ਪੰਜਾਬ, ਉਹਦੇ ਵੱਲੋਂ ਵੀ ਅਸੀਂ ਨੇ ਮਤਲਬ ਇਹਦੇ ਵਿੱਚ ਯੋਗਦਾਨ ਪਾਇਆ, ਅਤੇ ਅੱਗੇ ਵੀ ਜੇਕਰ ਸਾਨੂੰ ਲੋੜ ਪਈ ਤਾਂ ਅਸੀਂ ਉਹ ਜਿਹੜਾ ਯੋਗਦਾਨ ਹੈ ਉਹ ਪਾਉਂਦੇ ਰਹਾਂਗੇ। ਬਾਈ ਜੀ, ਸਵੇਰੇ ਕਿਸਾਨਾਂ ਵਾਸਤੇ ਇੱਥੇ ਤੁਸੀਂ ਮਦਦ ਲੈ ਕੇ ਪਹੁੰਚ ਗਏ, ਸਾਗ ਗਰਮ ਗਰਮ ਨਾਲ ਰੋਟੀਆਂ ਗਰਮ ਗਰਮ ਲੈ ਕੇ ਆ ਗਏ ਹੋ, ਤਿਆਰੀ ਕਿਸ ਤਰ੍ਹਾਂ ਕੀਤੀ ਤਾਂ ਪਤਾ ਲੱਗਿਆ ਕਿਸਾਨ ਇੱਥੇ ਆ ਰਹੇ ਨੇ? ਸਾਨੂੰ ਤਾਂ ਕੱਲ 3 ਵਜੇ ਪਤਾ ਲੱਗਿਆ ਸੀ, ਜੇ ਸਾਨੂੰ ਪਹਿਲਾਂ ਪਤਾ ਲੱਗਿਆ ਹੁੰਦਾ ਅਸੀਂ ਇੱਥੇ ਲੰਗਰ ਸਾਰਾ ਚਾਹ ਬਰਾਟਾ ਪੂਰਾ ਕਰਦੇ ਸੀ। ਰਾਤ ਅਸੀਂ 12 ਵਜੇ ਤੱਕ ਰੋਟੀ ਦਾ, ਚਾਹ ਦਾ ਸਾਰਾ ਲੰਗਰ ਚੱਲਿਆ ਜੀ, ਅਤੇ ਅੱਜ ਜੇ ਪਹਿਲਾਂ ਪਤਾ ਹੁੰਦਾ ਸੀ ਟੈਂਟ ਵੀ ਲਾਉਂਦੇ, ਸਭ ਕੁਝ ਕਰਦੇ ਜੀ, ਅਤੇ ਸਾਨੂੰ ਮੌਕੇ 'ਤੇ ਪਤਾ ਲੱਗਿਆ ਸੀ। ਮੌਕੇ 'ਤੇ ਫਿਰ ਫਟਾਫਟ ਅਸੀਂ ਆਪਣੇ ਚਾਹ ਦਾ ਉਰੇ ਰੋਟੀ, ਚਾਹ, ਬ੍ਰੈਡ, ਬਿਸਕੁਟ ਸਾਰਾ ਲੰਗਰ ਚਲਾਇਆ ਆੜ੍ਹਤੀ ਸਰਹੰਦ ਵੱਲੋਂ ਅਤੇ ਬਾਕੀ ਹੋਰ ਕਿਸਾਨ ਬੰਦਿਆਂ ਅਤੇ ਪਿੰਡ ਬਾੜੇ ਵੱਲੋਂ ਜੀ। ਸਾਗ ਸਵੇਰੇ ਸਵੇਰੇ ਕਿਸ ਤਰ੍ਹਾਂ ਤਿਆਰੀ ਕਰ ਲਈ? ਬਾਬਿਆਂ ਤੋਂ ਲਿਆਂਦਾ ਜੀ, ਰਾੜੇ ਵਾਲੇ ਬਾਬਾ ਜੀ ਸਾਹਿਬ ਵਾਲਿਆਂ ਦੇ, ਉਹਨਾਂ ਦਾ ਸਾਗ ਚੱਲਦਾ ਸੀ, ਫਿਰ ਉਹਨਾਂ ਨੂੰ ਅਸੀਂ ਰਾਤ ਕਿਹਾ ਸੀ, ਉਹਨਾਂ ਨੇ ਸਾਨੂੰ ਸਾਗ ਤਿਆਰ ਕਰਕੇ ਅਤੇ ਪ੍ਰਸ਼ਾਦਾ ਸੰਤਾਂ ਨੂੰ ਬੇਇੱਜ਼ਤੀ ਕਰੀ ਸੀ, ਤਾਂ ਸਾਨੂੰ ਫਿਰ ਸਾਗ ਦੇ ਹੱਥ। ਤਾਂ ਹੁਣ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਨੇ, ਤਾਂ ਫਿਰ ਪਿੱਛੇ ਕਿੱਦਾਂ ਬੈਕਅਪ ਰੱਖੋਗੇ, ਤਿਆਰੀ ਕਿਸ ਤਰ੍ਹਾਂ? ਨਾਲ ਦੀ ਨਾਲ ਜਿੱਥੇ ਟਰਾਲੀਆਂ ਜਾਣਗੇ ਜੀ ਉੱਥੇ ਉੱਥੇ ਲੰਗਰ ਲੈ ਕੇ ਨਾਲ ਦੀ ਨਾਲ ਜਾਵਾਂਗੇ ਜੀ। ਜਿੱਦਾਂ ਕਿਸਾਨ ਮੋਰਚਾ ਪਹਿਲਾਂ ਚੱਲਿਆ ਸੀ, ਹਰ ਇੱਕ ਮਦਦ ਜਿਹੜੀ ਹੈ ਕਿਸਾਨਾਂ ਤੱਕ ਪਹੁੰਚਾਈ ਗਈ ਸੀ, ਤਾਂ ਉਸੀ ਤਿਆਰੀ ਕਰ ਲਿੱਤੀ? ਹਾਂ, ਪਹਿਲਾਂ ਵੀ ਜਦੋਂ ਧਰਨਾ ਲਾਇਆ ਸੀ ਅਸੀਂ ਉਰੇ ਬਹੁਤ ਵੱਡੀ ਰੈਲੀ ਵੀ ਕਰਾਈ ਸੀ ਆੜ੍ਹਤੀ ਕਿਸਾਨ ਸਾਰਿਆਂ ਨੇ ਰਲ ਕੇ ਜੀ ਸਰਹੰਦ ਮੰਡੀ 'ਚ, ਜਦ ਵੀ ਅਸੀਂ ਪੂਰਾ ਸਹਿਯੋਗ ਦਿੱਤਾ, ਸਾਰਾ ਸਮਾਨ ਉਰੋਂ ਲੈ ਕੇ ਜਾਂਦੇ ਰਹੇ, ਆੜ੍ਹਤੀ ਗੱਦੇ ਕੀ ਹੋਰ ਸਾਰਾ ਰਾਸ਼ਨ ਪਾਣੀ ਲੈ ਕੇ ਜਾਂਦੇ, ਹੁਣ ਵੀ ਅਸੀਂ ਲੈ ਕੇ ਜਾਵਾਂਗੇ ਸਾਰਾ, ਜੋ ਸਾਡੀ ਸੇਵਾ ਲਾਉਣਗੇ ਅਸੀਂ ਉੱਥੇ ਪੂਰੀ ਲੈ ਕੇ ਜਾਵਾਂਗੇ ਜੀ। ਜਿਵੇਂ ਸ਼ਾਮ ਦੇ ਰਾਤ ਕਿਸਾਨ ਪਹੁੰਚਣਾ ਸ਼ੁਰੂ ਹੋਏ ਤਾਂ ਗਿਣਤੀ ਵੱਧਦੀ ਗਈ, ਤਾਂ ਇੰਤਜ਼ਾਮ ਫਿਰ ਪੂਰੇ ਕਿਸ ਤਰ੍ਹਾਂ ਕਰਨੇ ਪਏ? ਮੁਸ਼ਕਿਲ ਤਾਂ ਨਹੀਂ ਆਈ ਕੋਈ ਇੰਤਜ਼ਾਮ? ਸਾਨੂੰ ਕੋਈ ਨਹੀਂ ਆਈ, ਬਾਬਿਆਂ ਦੀ ਕਿਰਪਾ ਸੀ ਸਾਡੇ 'ਤੇ ਪੂਰੀ, ਕੋਈ ਨਹੀਂ ਆਈ ਸਾਡੇ। ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿਹੜੇ ਆੜ੍ਹਤੀ ਐਸੋਸੀਏਸ਼ਨ ਆ ਜਾਂ ਵੱਖ ਵੱਖ ਐਸੋਸੀਏਸ਼ਨ ਆ ਜਿਹੜੀ ਸ਼੍ਰੀ ਫਤਿਹਗੜ੍ਹ ਸਾਹਿਬ ਦੀਆਂ, ਉਹਨਾਂ ਵੱਲੋਂ ਵਿਸ਼ੇਸ਼ ਤਿਆਰੀ ਜਿਹੜੀ ਆ ਕਿਸਾਨਾਂ ਦੇ ਲਈ ਕੀਤੀ ਗਈ ਆ। ਸਾਗ ਨੇ, ਗਰਮ ਰੋਟੀਆਂ ਜਿਹੜੀਆਂ ਉਹ ਲੈ ਕੇ ਆਏ ਨੇ, ਨਾਲ ਬਿਸਕੁਟ ਨੇ, ਪਕੌੜੇ ਨੂੰ ਲੈ ਕੇ ਆਏ ਨੇ। ਬਾਬਾ ਜੀ, ਪੂਰੀ ਤਿਆਰੀ ਕਰਕੇ ਆਏ ਹੋਏ ਹੋ, ਕਿਸਾਨਾਂ ਦਾ ਹੁਣ ਸਮਰਥਨ ਕਰ ਰਹੇ ਪੂਰਾ? ਹਾਂਜੀ ਹਾਂਜੀ, ਪੂਰਾ ਸਮਰਥਨ ਕਰਦੇ।
ਇਹ ਮਤਲਬ ਕਹਿਣ ਦਾ ਜਿੰਨਾ ਵੀ ਸਾਨੂੰ ਲੋੜ ਪਊਗੀ ਅਸੀਂ ਉਹ ਕਰਦੇ ਰਹਾਂਗੇ, ਰਾਤ ਨੂੰ ਹੋਵੇ ਭਾਵੇਂ ਦਿਨੇ ਹੋਵੇ, ਜਿਵੇਂ ਮਰਜ਼ੀ ਟਰਾਲੀ ਆਵੇ ਕੋਈ ਜਿੰਨੀ ਮਰਜ਼ੀ, ਸਭ ਨੂੰ ਅਸੀਂ ਮੈਨੂੰ ਲੱਗਦਾ ਰਾਤ ਤੱਕ ਤੁਸੀਂ ਸੁੱਤੇ ਨੀ ਆ ਗਏ, ਪੂਰੀ ਤਿਆਰੀ ਕਰ। ਹਾਂਜੀ ਹਾਂਜੀ ਠੀਕ ਹੈ ਜੀ, ਅਸੀਂ ਤਿਆਰੀ ਵੀ ਤੁਹਾਡੇ ਨੀਂਦ ਆ ਰਹੀ ਹੈ। ਸਾਡਾ ਇਹ ਹੈ ਵੀ ਅਸੀਂ ਇਹਨਾਂ ਨੂੰ ਭੁੱਖੇ ਨੀ ਰਹਿਣ ਦੇਣਾ, ਕੋਈ ਭੁੱਖਾ ਨਾ ਜਾਵੇ, ਟਰਾਲੀ ਚਲੇ ਜਾਣਾ ਟਰਾਲੀ ਚਲੇ ਜੇ, ਉਹਨੂੰ ਖਾ ਪੇ ਐਂ ਜਾਣ, ਕੋਈ ਗੱਲ ਨੀ, ਸਾਡੇ ਵੱਲੋਂ ਕੋਈ ਕਮੀ ਨੀ ਆਏਗੀ, ਕਰਨਾ ਮਾਲਕ ਨੇ, ਕਰਨਾ ਮਾਲਕ ਨੇ। ਬਿਲਕੁਲ ਇਹ ਕਹਿ ਰਹੇ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਕਿਸਾਨ ਨਾ ਦੇ ਲਈ ਹਰ ਇੱਕ ਮਦਦ ਜਿਹੜੀ ਆ ਵੱਖ ਵੱਖ ਜਥੇਬੰਦੀਆਂ ਵੱਲੋਂ ਦਿੱਤੀ ਜਾ ਰਹੀ ਹੈ। ਤਾਂ ਹੁਣ ਜਿਹੜੀ ਆੜਤੀ ਐਸੋਸੀਏਸ਼ਨ ਆ ਜਾਂ ਵੱਖ ਵੱਖ ਜਥੇਬੰਦੀਆਂ ਨੇ ਜੋ ਸ਼੍ਰੀ ਫਤਿਹਗੜ੍ਹ ਸਾਹਿਬ ਦੀਆਂ, ਤਾਂ ਉਹਨਾਂ ਵੱਲੋਂ ਇੱਥੇ ਕਿਸਾਨਾਂ ਦੇ ਲਈ ਮਦਦ ਪਹੁੰਚਾਈ ਜਾ ਰਹੀ, ਔਰ ਇਹ ਵੀ ਕਹਿ ਰਹੇ ਨੇ ਕਿ ਅਗਰ ਕਿਸਾਨ ਦਿੱਲੀ ਵੱਲ ਕੂਚ ਕਰਨਗੇ ਤਾਂ ਉਹਨਾਂ ਦੇ ਲਈ ਦਿੱਲੀ ਦੇ ਵਿੱਚ ਵੀ ਜਿਹੜੀ ਆ ਮਦਦ ਜਿਹੜੀ ਆ ਪਹੁੰਚਾਈ ਜਾਵੇਗੀ। ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਮਹਿੰਦੂ, ਜਗਬਾਣੀ ਟੀਵੀ, ਸ਼੍ਰੀ ਫਤਿਹਗੜ੍ਹ ਸਾਹਿਬ।